अस्सलाम वालेकुम नाज़रीन, क्या हाल है? खैर खरीत है? ठीक हो? सेटो तबीयत या ठीक है? दोस्तों आज असं खुंबियां पट्टन गए थे, उनका व्लॉग बनेंदे पे हैं। इंशाल्लाह तो कोई व्लॉग बहुत पसंद होसी ते वीडियो को स्किप ना करो, सो एंड तक जरूर देखो। देखो अच्छा जो खुंबियां हथे अंदियन ते चोखियां सारा शिकार बन दे। ਅਸੀਂ ਬਿਲਕੁਲ ਸਹਿਰਾ ਦੇ ਦਰਮਿਆਨ ਦੇ ਵਿੱਚ ਇੱਕ ਤਲਾਈਏ ਜਿਹਦੇ ਵਿੱਚ ਅਕਸਰ ਹਰ ਵੇਲੇ ਪਾਣੀ ਰਹਿ ਜਾਂਦੇ। ਬਾਰਿਸ਼ਾਂ ਥੀਵੇਂ ਤਾਂ ਤਲਾਈ ਖੁਦ ਭਰੀਜ ਪੈਂਦੀ ਹੈ, ਹੁਣੀ ਬਾਰਿਸ਼ਾਂ ਥਿਆ ਨਹੀਂ ਕੋਈ ਪਾਣੀ ਥਿਆ ਹੈ, ਲੇਕਿਨ ਇਤਨਾ ਜ਼ਿਆਦਾ ਬਾਰਿਸ਼ਾਂ ਪੈਣਾ ਹੁਣ ਬਾਕੀ ਦੇਖ ਸਕਦੇ ਹਰ ਪਾਸੇ ਬਰ ਭਰਿਆ ਨੇ, ਲੇਕਿਨ ਇਹ ਸਹਿਰਾ ਦੇ ਦਰਮਿਆਨ ਦੇ ਵਿੱਚ ਤਲਾਈ ਜਿੱਥੇ ਲੋਕ ਆਪਣਾ ਮਾਲ ਪਿਲਾਉਣ ਅੱਜੜ ਸ਼ਜੜ ਅਤੇ ਪਾਣੀ ਭਰਾਉਣ ਇਸਤੇਮਾਲ ਕਰਨ ਲਈ ਥੋਕ ਰਹਿੰਦੇ। ਅਸੀਂ ਖੁੰਬੀਆਂ ਪੱਟ ਗਏ ਅਤੇ ਹੁਣ ਸਾਡੇ ਦੋਸਤ ਸੀਟੂ ਪੱਟਾਂ ਦੇ ਬੈਠੇ ਨੇ, ਸਾਲਨ ਵਾਸਤੇ ਇਸਤੇਮਾਲ ਕੀਤਾ ਹੁੰਦਾ। ਇਹਦੀ ਭਾਜੀ ਵੀ ਯਾਨੀ ਸਾਲਨ ਕਾਫੀ ਟੇਸਟੀ ਅਤੇ ਲਜ਼ੀਜ਼ ਥੀਂਦੇ। ਇੱਕ ਸੀਟੂ ਆਖਿਆ ਹੁੰਦੇ ਬਈ ਜਾਣ ਸਹਿਰਾ ਦੇ ਵਿੱਚ ਨੇ, ਬਾਰਿਸ਼ ਦੇ ਵਿੱਚ ਬਹੁਤ ਹੀ ਇਹਦੀ ਡੰਨੀ ਦੀ ਬਹੁਤ ਹੀ ਜ਼ਿਆਦਾ ਨਰਮ ਹੈ, ਬਹੁਤ ਜ਼ਿਆਦਾ।